ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਇਸ ਅੰਦੋਲਨ ਨੂੰ ਹੁਣ 26 ਮਈ ਨੂੰ 6 ਮਹੀਨੇ ਹੋਣ ਜਾ ਰਹੇ ਹਨ ਪਰ ਮੋਦੀ ਸਰਕਾਰ ਨੇ ਕਿਸਾਨਾਂ ਦੀ ਅਜੇ ਤੱਕ ਕੋਈ ਵੀ ਸਾਥ ਨਹੀਂ ਲਈ ਹੈ ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਹੁਣ 26 ਮਈ ਨੂੰ ਕਾਲਾ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ ਇਸੇ ਦੇ ਤਹਿਤ ਤਿਆਰੀਆਂ ਵੀ ਆਰੰਭ ਦਿੱਤੀਆਂ ਗਈਆਂ ਹਨ ਜਿੱਥੇ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਹਨ ਉੱਥੇ ਹੀ ਪਿੰਡਾਂ ਵਿੱਚ ਇਸ ਦੀਆਂ ਤਿਆਰੀਆਂ ਵੇਖਣ ਨੂੰ ਮਿਲ ਰਹੀਆਂ ਹਨ ਤਸਵੀਰਾਂ ਬਰਨਾਲਾ ਦੀਆਂ ਹਨ ਜਿੱਥੇ ਕਿ 26 ਮਈ ਦੇ ਕਾਲਾ ਦਿਵਸ ਮਨਾਉਣ ਨੂੰ ਲੈ ਕੇ ਕਾਲੀਆਂ ਝੰਡੀਆਂ ਬਣਾਈਆਂ ਜਾ ਰਹੀਆਂ ਹਨ ਇਸ ਮੌਕੇ ਕਿਸਾਨ ਆਗੂਆਂ ਵਿੱਚ ਤਾਂ ਉਤਸ਼ਾਹ ਪਾਇਆ ਹੀ ਜਾ ਰਿਹਾ ਪਰ ਵੱਡੀ ਗਿਣਤੀ 'ਚ ਔਰਤਾਂ ਨੇ ਵੀ 26 ਮਈ ਦੇ ਕਾਲਾ ਦਿਵਸ ਨੂੰ ਮਨਾਉਣ ਲਈ ਆਪਣਾ ਯੋਗਦਾਨ ਪਾਇਆ ਹੈ ਬਰਨਾਲਾ ਦੇ ਵਿੱਚ ਔਰਤਾਂ ਵੱਲੋਂ ਕਾਲੀਆਂ ਝੰਡੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਕਿਸਾਨ ਨੇਤਾਵਾਂ ਵੱਲੋਂ 26 ਮਈ ਨੂੰ ਜਿੱਥੇ ਕਾਲਾ ਦਿਵਸ ਮਨਾਉਣ ਦੀ ਅਪੀਲ ਕੀਤੀ ਗਈ ਹੈ ਉੱਥੇ ਹੀ ਇਸੇ ਦਿਨ ਮੋਦੀ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ ਸਾਨੂੰ ਤਾਂ ਜੀ ਉਸ ਦਿਨ ਤੋਂ ਹੀ ਲੱਗ ਰਿਹਾ ਹੈਗਾ ਕਿਉਂਕਿ ਸਾਡੇ ਜਿਵੇਂ ਲੀਡਰ ਕਹਿ ਰਹੇ ਨੇ ਅਸੀਂ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਬੱਠ ਲੈ ਜਾ ਰਹੇ ਹਾਂ ਜਿਵੇਂ ਸਾਡੇ ਦਿੱਲੀ ਦੇ ਮੋਰਚੇ ਦੁਬਾਰੇ ਲੋਕਾਂ ਨੇ ਕਾਇਮ ਕਰ ਦਿੱਤੇ ਨੇਗੇ ਹੁਣ ਜਿਹੜਾ 26 ਤਰੀਕ ਨੂੰ ਆ ਇਹਦੇ ਵਿੱਚ ਵੀ ਸਾਨੂੰ ਸਭ ਤੋਂ ਵੱਡਾ ਪਿੰਡਾਂ ਦੇ ਵਿੱਚ ਵੀ ਹੰਗਾਰਾ ਮਿਲ ਰਿਹਾ ਸ਼ਹਿਰਾਂ ਦੇ ਵਿੱਚ ਵੀ ਮਿਲ ਰਿਹਾ ਪਰ ਦਿੱਲੀ ਜਾਣ ਲਈ ਵੀ ਜਿਹੜਾ ਅਸੀਂ ਕੱਲ੍ਹ 100 ਝੰਡਾ ਦਿੱਲੀ ਨੂੰ ਤਿਆਰ ਕਰਕੇ ਤੋਰਿਆ ਅਤੇ 150 ਅਸੀਂ ਆਪਦੇ ਪਿੰਡ ਲਈ ਤਿਆਰ ਕਰ ਰਹੇ ਹਾਂਗੇ ਸਾਨੂੰ ਇਹ ਲੱਗਦਾ ਕਿ ਉਸ ਦਿਨ ਸਾਡੇ ਪਿੰਡ ਦਾ ਬੱਚੋ ਬੱਚੀ ਸਾਡੇ ਇਸ ਜੂਸ ਦੇ ਨਾਲ ਰਲੂਗਾ ਅਤੇ ਜ਼ਿਆਦਾ ਇਕੱਠ ਦਿਖਾਈ ਦੇਣਗੇ ਅਸੀਂ ਸਰਕਾਰ ਨੂੰ ਉਹਦੇ ਮੋਦੀ ਸਰਕਾਰ ਨੂੰ ਇਸ ਰੋਸ 'ਤੇ ਪੂਰਾ ਚੁਕਾਵਾਂਗੇ ਤਿਆਰੀਆਂ ਉਹਦੀ ਵੱਡੀ ਪੱਧਰ 'ਤੇ ਚੱਲ ਰਹੀਆਂ ਨੇ ਕਿਉਂਕਿ ਜਿੰਨੇ ਵੀ ਸਾਡੇ ਚਾਹੇ ਪੰਜਾਬ 'ਚ ਮੋਰਚੇ ਨੇ ਚਾਹੇ ਦਿੱਲੀ ਮੋਰਚੇ ਨੇਗੇ ਸਾਰੇ ਮੋਰਚਿਆਂ 'ਤੇ ਜਾਣੀ ਕਾਲਾ ਦਿਨ ਮਨਾਵਾਂਗੇ ਕਿਉਂਕਿ ਜਿਹੜਾ ਕਾਲਾ ਦਿਨ ਅਸੀਂ ਮਨਾ ਰਹੇ ਹਾਂਗੇ ਕਿਉਂਕਿ ਸਾਡੇ ਘੋਲ ਨੂੰ ਦੀ 6 ਮਹੀਨੇ ਹੋ ਗਏ ਸਾਨੂੰ ਦਿੱਲੀ ਦੀਆਂ ਬਰੂਹਾਂ 'ਤੇ ਬੈਠਿਆਂ ਨੂੰ ਕਿਉਂਕਿ ਸਰਕਾਰ ਤੱਕ ਤੋਂ ਮਸ ਨਹੀਂ ਹੋਈ ਬਾਕੀ ਨਾਲ ਦੀ ਗੱਲ ਇਹ ਵੀ ਹੈਗੀ ਵੀ 7 ਸਾਲ ਹੋ ਗਏ ਮਤਲਬ ਮੋਦੀ ਸਰਕਾਰ ਨੂੰ ਕੁਰਸੀ 'ਤੇ ਬੈਠੇ ਨੂੰ ਸਾਡੇ ਨਾਲ ਲੰਬੇ ਸਮੇਂ ਤੋਂ ਉਹ ਜਾਣੀ ਲਾਰੇ ਲਾਉਂਦੇ ਆਏ ਨੇ ਲੋਕਾਂ ਨੂੰ ਕਦੇ ਅੱਛੇ ਦਿਨ ਲਿਆਉਣ ਦੀਆਂ ਗੱਲਾਂ ਕਰਦੇ ਨੇ ਕਦੇ ਮਤਲਬ ਕਿ ਉਹ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਸਾਡੇ ਨਾਲ ਗੱਲ ਕੀਤੀ ਸੀ ਕਿਉਂਕਿ ਉਹ ਸਾਰਾ ਕੁਝ ਤਾਂ ਨਹੀਂ ਕੀਤਾ ਪਰ ਜਾਣੀ ਸਾਡੇ ਜਿਹੜੇ ਬ੍ਰਾਂਟ ਨੇ ਮੌਤ ਦੇ ਬ੍ਰਾਂਟ ਨੇ ਕਾਲੇ ਕਾਨੂੰਨ ਉਹ ਸਾਡੇ 'ਤੇ ਲਾਗੂ ਕਰੇ ਨੇ ਸਾਰੀ ਸਾਡੀ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ ਇਕੱਲੇ ਪੰਜਾਬ ਦੀ ਨਹੀਂ ਜਿੰਨੇ ਅੱਜ ਸਮੁੱਚੇ ਵਰਗ ਨੇ ਚਾਹੇ ਕੋਈ ਕਿਸੇ ਸੂਬੇ ਦਾ ਹੋਵੇ ਸਾਡਾ ਅੰਦੋਲਨ ਜਿਹੜਾ ਬਾਹਰਲੇ ਮੁਲਕਾਂ ਤੱਕ ਵੱਗ ਗਿਆ ਸਾਡੀ ਗੱਲ ਠੀਕ ਹੈ ਸਾਡਾ ਮੁੱਦਾ ਠੀਕ ਹੈ ਇਹ ਲੋਕ ਸਮਝਦੇ ਨੇ ਵੀ ਯਾਰ ਅੱਜ ਸਾਡੀ ਰੋਜ਼ੀ ਰੋਟੀ 'ਤੇ ਹਮਲਾ ਹੈ ਇਸ ਕਰਕੇ ਲੋਕ ਜੁਟੇ ਨੇ ਜਿਹੜਾ ਕਾਲਾ ਦਿਵਸ ਅਸੀਂ 26 ਦਾ ਮਨਾ ਰਹੇ ਹਾਂ ਉੱਧਰ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਜਾ ਰਹੇ ਨੇ ਉਹ ਕਹਿੰਦੇ ਆ ਵੀ 7 ਸਾਲ 'ਚ ਅਸੀਂ ਬਹੁਤ ਵਧੀਆ ਕੀਤਾ ਪਰ ਕਿਸਾਨਾਂ ਦੇ ਦਿੱਲੀ ਦੀ ਧਰਤੀ 'ਤੇ ਬੈਠਣ ਦੇ 6 ਮਹੀਨੇ ਪੂਰੇ ਹੋਣ ਜਾ ਰਹੇ ਨੇ 26 ਨੂੰ ਜਿਹੜੇ 400 ਤੋਂ ਉੱਤੇ ਕਿਸਾਨਾਂ ਦੀ ਗਿਣਤੀ ਟੱਪ ਕੇ ਸ਼ਹੀਦ ਹੋ ਗਏ ਆਲ ਤੱਕ ਮੋਦੀ ਸਰਕਾਰ ਨੇ ਮੂੰਹ ਨਹੀਂ ਖੋਲਿਆ ਉਹ ਅਸੀਂ ਆਪਣੇ ਮੰਨੇ ਨਹੀਂ ਜਿਹੜੇ ਆਪਣੀ ਭਾਰਤ ਦੇ ਵਾਸੀ ਕਿਸਾਨ ਸੀ ਉੱਥੇ ਦਿੱਲੀ ਦੀ ਸੜਕ 'ਤੇ ਜਿਹੜੇ ਮੋਦੀ ਸਰਕਾਰ 3 ਕਾਲੇ ਕਾਨੂੰਨ ਲੈ ਕੇ ਆਈ ਹੈ ਉਹਨਾਂ ਨੂੰ ਰੱਦ ਕਰਾਉਣ ਦੀ ਖਾਤਰ ਸ਼ਹੀਦ ਹੋ ਗਏ ਇਸ ਕਰਕੇ ਸਾਡੇ 'ਚ ਰੋਸ ਹੈ ਅਸੀਂ ਉਹ ਕਾਲਾ ਦਿਵਸ ਮਨਾ ਰਹੇ ਹਾਂ ਘਰ ਘਰ ਝੰਡੇ ਬੰਨਾਂਗੇ ਸਾਰੇ ਬਗੀਚਿਆਂ 'ਤੇ ਉਹ ਕਾਲਾ ਦਿਵਸ ਹੋਊਗਾ ਸਾਡਾ ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ ਪੰਜਾਬ ਟੂਡੇ